ਸਤ ਸ੍ਰੀ ਅਕਾਲ ਜੀ ਮੈਂ ਹਾਂ ਸਰਬਜਤ ਕੌਰ ਪੰਜਾਬੀ ਖਬਰਾਂ ਦੇ ਇਸ ਬੁਲਟਿੰਗ 'ਚ ਤੁਹਾਡਾ ਸਵਾਗਤ ਹੈ ਤੇ ਹੁਣ ਰੁਕਣੇ ਸੁਰਖੀਆਂ ਤੇ ਦਿੱਲੀ ਹਾਈ ਕੋਰਟ ਨੇ ਦਿੱਲੀ ਦੰਗਾ ਮਾਮਲੇ ਵਿੱਚ ਦੇਵੰਗਾਨਾ ਕਲਿਤਾ ਨਤਾਸ਼ਾ ਨਾਰਵਾਲ ਤੇ ਜਾਮੀਆ ਦੇ ਵਿਦਿਆਰਥੀਆਂ ਆਸੀਫ ਇਕਬਾਲ ਤਨਹਾਂ ਨੁਜ਼ਮਾਨਤ ਦੇ ਦਿੱਤੀ ਹੈ ਇਹਨਾਂ ਨੂੰ ਉੱਤਰ ਪੂਰਬੀ ਦਿੱਲੀ ਹਿੰਸਾ ਮਾਮਲੇ ਵਿੱਚ ਯੂ ਪੀ ਐ ਐਕਟ ਤਹਿਤ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ ਹਾਈ ਕੋਰਟ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਅਤਵਾਦੀ ਨਹੀਂ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਕੋਰੋਨਾ ਵਾਇਰਸ ਦਾ ਅਸਰ ਘਟਣ ਦੇ ਮੱਦੇਨਜ਼ਰ ਕੋਵਿਡ ਬੰਦਿਸ਼ਾਂ 'ਚ ਹੋਰ ਢਿੱਲ ਦੇਣ ਦਾ ਐਲਾਨ ਕੀਤਾ ਹੈ। ਛੋਟਾ ਅਨੁਸਾਰ ਹੁਣ ਰਾਤ 'ਚ ਰੈਸਟੋਰੈਂਟ ਤੇ ਹੋਰ ਖਾਣੇ ਵਾਲੀਆਂ ਥਾਵਾਂ ਤੇ ਨਾਲ-ਨਾਲ ਅੱਜ ਤੋਂ 50% ਦੀ ਸਮਰਥਾ ਨਾਲ ਸਿਨੇਮਾ ਤੇ ਜਿਮ ਖੋਲੇ ਜਾ ਸਕਣਗੇ। ਇਸੇ ਤਰ੍ਹਾਂ ਵਿਆਹ ਅਤੇ ਸੰਸਕਾਰ ਸਮੇਤ ਸਮਾਜਿਕ ਇਕੱਠਾਂ ਤੇ 50 ਤੱਕ ਵਿਅਕਤੀਆਂ ਦਾ ਇਕੱਠ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਵਿਦਿਅਕ ادارے ਸਕੂਲ ਤੇ ਕਾਲਜ ਫਿਲਹਾਲ ਬੰਦ ਰਹਿਣਗੇ। ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ 22 ਜੂਨ ਨੂੰ ਐਮਐਲਏ ਹੋਸਟਲ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰੇਗੀ ਹਾਲਾਂਕਿ ਜਾਂਚ ਟੀਮ ਨੇ ਇਹ ਪੁੱਛਗਿੱਛ 16 ਜੂਨ ਨੂੰ ਕਰਨੀ ਸੀ ਪਰੰਤੂ ਸਾਬਕਾ ਮੁੱਖ ਮੰਤਰੀ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ 3 ਹਫ਼ਤਿਆਂ ਦਾ ਹੋਰ ਸਮਾਂ ਮੰਗਿਆ ਸੀ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ 22 ਜੂਨ ਨੂੰ ਸੈਕਟਰ 4 ਦੇ ਐਮਐਲਏ ਹੋਸਟਲ ਵਿੱਚ ਮੌਜੂਦ ਰਹਿਣ ਜਿੱਥੇ ਉਨ੍ਹਾਂ ਤੋਂ ਕੋਟਕਪੂਰਾ ਗੋਲੀਕਾਂਡ ਬਾਰੇ ਪੁੱਛ ਪੜਤਾਲ ਕੀਤੀ ਜਾਵੇਗੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਅੱਜ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਕਿਰਾਕ ਕੀਤਾ ਗਿਆ ਅਤੇ ਚੋੜੀਆਂ ਪਖਾਈਆਂ ਗਈਆਂ। ਐ ਦੌਰਾਨ ਭਾਰੀ ਮੁਸ਼ਕਲ ਤੋਂ ਬਾਅਦ ਪੁਲਿਸ ਵੱਲੋਂ ਆਪਣੀ ਗੱਡੀ ਵਿੱਚ ਸੁਰਜੀਤ ਕੁਮਾਰ ਜਿਆਣੀ ਨੂੰ ਮੌਕੇ ਤੋਂ ਕੱਢਿਆ ਗਿਆ। ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵੱਲੋਂ ਫਾਜ਼ਿਲਕਾ ਦੀਆਂ ਨਾਜ ਮੰਡੀ ਵਿੱਚ ਪ੍ਰੈਸ ਕਾਨਫਰੰਸ ਸੱਦੀ ਗਈ ਸੀ ਜਿਸ ਦੀ ਭੇਣਖ ਕਿਸਾਨ ਜਥੇਬੰਦੀਆਂ ਨੂੰ ਲੱਗ ਗਈ। ਜਿਸ ਤੋਂ ਬਾਅਦ ਕਿਸਾਨ ਸੁਰਜੀਤ ਕੁਮਾਰ ਜਿਆਣੀ ਦੇ ਨਿੱਜੀ ਦਫ਼ਤਰ ਦਾ ਕਿਰਾ ਕਰਨ ਲਈ ਪੁੱਜ ਗਏ। ਜਿਤੇ ਕਿਸਾਨਾਂ ਨੇ ਦਫਤਰ ਦਾ ਕਿਰਾਇਆ ਕਰਦਿਆ ਕੇਂਦਰ ਸਰਕਾਰ ਤੇ ਭਾਜਪਾ ਉਗ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਸ਼ੋਮਨੀਆ ਕਾਲੀਦਲ ਅਤੇ ਬਸਪਾ ਵਰਕਰਾਂ ਨੇ ਵੈਕਸੀਨ ਤੇ ਫਤੇ ਕਿਟ ਕੋਟਾਲਾ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਸਥਿਤ ਫਾਰਮ ਹਾਊਸ ਦੇ ਕਿਰਾਏ ਦੀ ਕੋਸ਼ਿਸ਼ ਕੀਤੀ। ਮੁਜ਼ਾਹਰਕਾਰੀਆਂ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਜਲ ਤੋਪਾ ਦੀ ਵਰਤੋਂ ਵੀ ਕੀਤੀ। ਐ ਦੌਰਾਨ ਪੁਲਿਸ ਨੇ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਬਸਪਾ ਦੇ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੱਡੀ ਨੂੰ ਹਿਰਾਸਤ ਵਿੱਚ ਲੈ ਕੇ ਕੁਰਾਲੀ ਥਾਣੇ ਲਿਆਂਦਾ ਭਾਰਤ ਬਾਇਓਟੈਕ ਨੇ ਕਿਹਾ ਹੈ ਕਿ 150 ਰੁਪਏ ਪ੍ਰਤੀ ਖੁਰਾਕ ਦੀ ਦਰ ਨਾਲ ਕੇਂਦਰ ਸਰਕਾਰ ਨੂੰ ਕੰਪਨੀ ਦੀ ਕੋਵਿਡ-19 ਵੈਕਸੀਨ ਦੀ ਸਪਲਾਈ ਲੰਬੇ ਸਮੇਂ ਤੱਕ ਕਰਨੀ ਸੰਭਵ ਨਹੀਂ ਹੈ। ਕੇਂਦਰ ਸਰਕਾਰ ਦੀ ਸਪਲਾਈ ਕੀਮਤ ਕਾਰਨ ਪ੍ਰਾਈਵੇਟ ਸੈਕਟਰ ਵਿੱਚ ਕੀਮਤਾਂ ਸੰਬੰਧੀ ਢਾਂਚੇ ਵਿੱਚ ਤਬਦੀਲੀ ਆ ਰਹੀ ਹੈ ਤੇ ਇਹ ਵੱਧ ਰਹੀਆਂ ਹਨ। ਭਾਰਤ ਵਿੱਚ ਨਿੱਜੀ ਖੇਤਰ ਲਈ ਉਪਲਬਧ ਹੋਰ ਕੋਵਿਡ-19 ਰੋਕੂ ਵੈਕਸੀਨ ਦੀ ਤੁਲਨਾ ਵਿੱਚ ਕੋ ਵੈਕਸੀਨ ਲਈ ਵੱਧ ਕੀਮਤਾਂ ਨੂੰ ਸਹੀ ਦੱਸਦਿਆਂ ਕੰਪਨੀ ਨੇ ਕਿਹਾ ਹੈ ਕਿ ਘੱਟ ਮਾਤਰਾ ਵਿੱਚ ਖਰੀਦ ਵਾਂਡ ਵਿੱਚ ਆਉਣ ਵਾਲੀ ਵੱਧ ਲਾਗਤ ਤੇ ਪਰਚੂਨ ਮੁਨਾਫੇ ਆਦੀ ਕਈ ਬੁਨਿਆਦੀ ਕਾਰੋਬਾਰੀ ਕਾਰਨ ਹਨ ਪਰਤ ਬਾਇਓਟੈਕ ਨੇ ਕਿਹਾ ਕਿ ਲਾਗਤ ਕੱਢਣ ਲਈ ਢੀਜੀ ਬਾਜ਼ਾਰ ਵਿੱਚ ਵੱਧ ਕੀਮਤ ਰੱਖਣੀ ਜ਼ਰੂਰੀ ਹੈ ਰਾਹੁਲ ਗਾਂਧੀ ਨੇ ਸਾਰਿਆਂ ਨੂੰ ਕਰੋਨਾ ਤੋਂ ਬਚਾ ਲਈ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਤੇ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ ਉਹਨਾਂ ਟਵੀਟ ਕਰਦੇ ਹਨ ਲਿਖਿਆ ਹੈ ਕਿ ਅਨਲੌਕ ਪ੍ਰਕਿਰਿਆ ਜਾਰੀ ਹੈ ਪਰ ਕਰੋਨਾਵਰਸ ਸਾਡੇ ਵਿਚਕਾਰ ਹੈ ਤੇ ਇਹ ਸਾਡੇ ਨਾਲ ਅੱਗੇ ਵੀ ਰਹੇਗਾ ਅਜਿਹੀ ਸਥਿਤੀ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਰਹੋ ਤੇ ਜਿਨ੍ਹਾਂ ਜਲਦੀ ਹੋ ਸਕੇ ਵੈਕਸੀਨ ਲਗਵਾਓ ਉਦੋਂ ਤੱਕ ਕੋਈ ਸੁਰੱਖਿਤ ਨਹੀਂ ਹੈ ਜਿਨੀ ਦੇਰ ਤੱਕ ਸਾਰੇ ਸੁਰੱਖਿਤ ਨਹੀਂ ਹਨ ਆਪਣਾ ਖਿਆਲ ਰੱਖੋ ਕੇਂਦਰ ਸਰਕਾਰ ਵੱਲੋਂ ਟਵਿੱਟਰ ਨੂੰ ਨੋਟਿਸ ਜਾਰੀ ਕਰਨ ਦੀ ਕਈ ਦਿਨਾਂ ਬਾਅਦ ਹੁਣ ਕਾਂਗਰਸ ਦੇ ਆਗੂ ਸ시ਸ਼ थरूर ਦੇ ਅਗਵਾਈ ਵਾਲੇ ਸੰਸਦੀ ਪੈਨਲ ਨੇ ਮਾਈਕਰੋ ਬਲੌਗਿੰਗ ਵੈੱਬਸਾਈਟ ਦੇ ਉੱਚ ਅਧਿਕਾਰੀਆਂ ਨੂੰ ਇਸ ਅੱਗੇ 18 ਜੂਨ ਨੂੰ ਪੇਸ਼ ਹੋ ਕੇ ਬਿਆਨ ਦਰਜ ਕਰਵਾਉਣ ਤੇ ਸੋਸ਼ਲ ਮੀਡੀਆ ਮੰਚ ਦੀ ਦੁਰਵਰਤ ਤੋਂ ਰੋਕਣ ਸੰਬੰਧੀ ਜਾਣਕਾਰੀ ਦੇਣ ਲਈ ਤਲਬ ਕੀਤਾ ਹੈ। ਸੂਚਨਾ ਤੇ ਟੈਕਨਾਲੋਜੀ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਫੇਸਬੁੱਕ ਤੇ ਟਵਿੱਟਰ ਸਮੇਤ ਕਈ ਸੋਸ਼ਲ ਮੀਡੀਆ ਡਿਗਜਾਂ ਨੂੰ ਇਨ੍ਹਾਂ ਮੰਚਾਂ ਦੀ ਦੁਰਵਰਤ ਤੋਂ ਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਸੰਬੰਧੀ ਵਿਸ਼ਿਆਂ ਤੇ ਗੱਲਬਾਤ ਲਈ ਸੱਦਿਆ। ਲੋਕ ਜਨਸ਼ਕਤੀ ਪਾਰਟੀ ਲੋਝਪਾ ਵਿੱਚ ਪਈ ਦਰਾੜ ਨਿਤ ਡੂੰਗੀ ਹੋਣ ਲੱਗੀ ਹੈ ਚਿਰਾਗ ਪਾਸਵਾਨ ਦੀ ਅਗਵਾਈ ਵਾਲੇ ਧੜੇ ਨੇ ਬਾਗੀ ਹੋਏ ਪੰਜ ਸੰਸਦ ਮੈਂਬਰਾਂ ਨੂੰ ਅੱਜ ਪਾਰਟੀ ਚੋਂ ਛੇਕ ਦਿੱਤਾ ਉਧਰ ਇਸ ਬਾਗੀ ਧੜੇ ਦੀ ਅਗਵਾਈ ਕਰ ਰਹੇ ਪਸ਼ੂਪਤੀ ਕੁਮਾਰ ਪਾਰਸ ਨੇ ਪਲਟਵਾਰ ਕਰਦਿਆਂ ਚਿਰਾਗ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਪਾਰਸ ਰਿਸ਼ਤੇ ਵਿੱਚ ਚਿਰਾਗ ਪਾਸਵਾਨ ਦਾ ਚਾਚਾ ਹੈ ਲੋਕ ਜਨਸ਼ਕਤੀ ਪਾਰਟੀ ਦੇ ਬਾਨੀ ਦੇ ਮਰਹੂਮ ਆਗੂ ਰਾਮ ਵਿਲਾਸ ਪਾਸਵਾਨ ਦੇ ਛੋਟੇ ਭਰਾ ਪਾਰਸ ਤੇ ਚਿਰਾਗ ਦਰਮਿਆਨ ਪਾਰਟੀ ਤੇ ਕੰਟਰੋਲ ਨੂੰ ਲੈ ਕੇ ਜੰਗ ਤੇਜ਼ ਹੋ ਗਈ ਹੈ ਕੋਵਿਡ ਵੈਕਸੀਨ ਦੇ ਮਾੜੇ ਅਸਰਾਂ ਦਾ ਅਧਿਐਨ ਕਰ ਰਹੀ ਇੱਕ ਸਰਕਾਰੀ ਕਮੇਟੀ ਨੇ ਟੀਕਾ ਲੱਗਣ ਤੋਂ ਬਾਅਦ ਐਨਫਲੈਕਸਿਸ ਕਾਰਨ ਪਹਿਲੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਕਮੇਟੀ ਨੇ 31 ਅਜਿਹੇ ਕੇਸਾਂ ਦਾ ਮੁਲਾਂਕਣ ਕੀਤਾ ਹੈ ਜਿਨ੍ਹਾਂ ਨੂੰ ਟੀਕਾ ਲੱਗਣ ਤੋਂ ਬਾਅਦ ਗੰਭੀਰ ਸਾਈਡ ਇਫੈਕਟਸ ਹੋਏ ਸਨ ਕਮੇਟੀ ਮੁਤਾਬਕ ਇੱਕ 68 ਸਾਲਾ ਵਿਅਕਤੀ ਦੀ ਮੌਤ ਗੰਭੀਰ ਅਲਰਜਿਕ ਰਿਐਕਸ਼ਨ ਕਾਰਨ ਹੋਈ ਹੈ ਉਸਦੇ 8 ਮਾਰਚ ਨੂੰ ਟੀਕਾ ਲੱਗਿਆ ਸੀ